ਟਕਸਾਉ ਜੇ ਪੰਜਾਬੀ ਮੁੰਡੇ ਦੇ ਦਿਲ ਦੇ ਅੰਬ ਦੀ ਗੁਠਲੀ ਕੱਢਣ ਤੋਂ ਬਾਅਦ ਪਛਤਾਵੇ ਵਿੱਚ ਡੁੱਬੀ ਕੁੜੀ ਉਸ ਨੂੰ ਥਾਂ ਥਾਂ ਲੱਭਦੀ ਹੈ। ਉਸ ਵੇਲੇ ਮੁੰਡੇ ਦੇ ਅੰਦਰੋਂ ਉਸਦੀ ਆਵਾਜ਼ ਨੂੰ ਕਮਲ ਹੀ ਇੰਜ ਪੇਸ਼ ਕਰ ਰਿਹਾ ਹੈ। ਅਸੀਂ ਥੱਕ ਗਏ ਆ ਹੁਣ ਤੇਰੇ ਤੋਂ ਜਿੰਦੜੀ ਵਾਰ ਵਾਰ ਕੇ ਉਹ ਮਾਰ ਡੁੱਬ ਖੂ ਟੋਬਾ ਲੱਭ ਹੱਥ ਜੋੜਦੇ ਆ ਸਾਨੂੰ ਛੱਡ ਬਾਬਾ ਸਾਨੂੰ ਛੱਡ। ਅਸੀਂ ਥੱਕ ਗਏ ਆ ਹੁਣ ਤੇਰੇ ਤੋਂ ਜਿੰਦੜੀ ਵਾਰ ਵਾਰ ਕੇ ਸਾਨੂੰ ਲੱਭਦੀ ਹੈ ਹੁਣ ਗੱਲ ਕੇ ਤੂੰ ਗੱਲ ਕੇ ਸਰਚਾ ਮਾਰ ਮਾਰ ਕੇ ਸਾਨੂੰ ਲੱਭਦੀ ਹੈ ਹੁਣ ਗੱਲ ਕੇ ਤੂੰ ਗੱਲ ਕੇ ਸਰਚਾ ਮਾਰ ਮਾਰ ਕੇ ਗੱਲ ਕੇ ਸਾਨੂੰ ਲੱਭਦੀ ਹੈ ਹੁਣ ਨੀ। ਉਹ ਨਵਿਆਂ ਦੇ ਨਾਲ ਗੇਮਾਂ ਖੇਡੇ ਦੇਖੀ ਜਦ ਪੈ ਚੌਂਕ ਤੇ ਠੇਡੇ ਜਸਟ ਫਰੈਂਡਾਂ ਦੇ ਨਾਲ ਗੱਲਾਂ ਲੰਮੀਆਂ ਹੁੰਦੀਆਂ ਸੀ ਸਾਡੀਆਂ ਕੀਤੀਆਂ ਕਾਲਾਂ ਸਭ ਨਿਕੰਮੀਆਂ ਹੁੰਦੀਆਂ ਸੀ। ਮੂਡ ਹੋਵੇ ਤੇ ਗੱਲ ਕਰ ਲੈਂਦੀ ਫੋਨ ਘੁਮਾ ਕੇ ਤੂੰ ਪਰ ਫਿਰ ਚੇਤਾ ਭੁੱਲ ਜਾਂਦੀ ਹੋਲਡ ਤੇ ਪਾ ਕੇ ਤੂੰ ਉਹ ਦੱਸਦੀ ਸੀ ਫਿਰ ਨਵੇਂ ਨਵੇਂ ਚੰਨ ਚਾੜ ਚਾੜ ਕੇ ਸਾਨੂੰ ਲੱਭਦੀ ਹੈ ਹੁਣ ਗੱਲ ਕੇ ਤੂੰ ਗੱਲ ਕੇ ਸਰਚਾ ਮਾਰ ਮਾਰ ਕੇ ਸਾਨੂੰ ਲੱਭਦੀ ਹੈ ਹੁਣ ਗੱਲ ਕੇ ਤੂੰ ਗੱਲ ਕੇ ਸਰਚਾ ਮਾਰ ਮਾਰ ਕੇ ਗੱਲ ਕੇ ਸਾਨੂੰ ਲੱਭਦੀ ਹੈ ਹੁਣ ਨੀ। ਉਹ ਬਾਕੀ ਬਾਬਿਆਂ ਤੋਂ ਅਟਕੇ ਬਹਿ ਗਈ ਏ ਜੋ ਬਾਬਿਆਂ ਦੇ ਬਾਬੇ ਬਾਬਾ ਗੂਗਲ ਦੇ ਚਰਨੀ ਪੈ ਗਈ ਏ। ਦਿਲ ਆਉਂਦਾ ਸੀ ਬੋਲਣ ਦਾ ਬਸ ਹਾਂ ਹੂੰ ਕਹਿੰਦੀ ਸੀ ਸਾਡੀ ਵਾਰੀ ਕੰਨਾਂ ਦੇ ਵਿੱਚ ਰੂ ਲੈ ਲੈਂਦੀ ਸੀ ਪ੍ਰੇਮ ਸਾਹਿਬ ਹੁਣ ਗੱਲਾਂ ਵਾਲੀਆਂ ਗੱਲਾਂ ਦੱਬਦੀ ਏ ਖੋਲ ਖੋਲ ਇਨਬਾਕਸ ਮੇਰੇ ਮੈਸੇਜ ਲੱਭਦੀ ਏ ਕਦ ਸੁੱਟਦੀ ਸੀ ਖਤਨੀ ਕਮਲ ਹੀਰ ਦੇ ਪਾੜ ਪਾੜ ਕੇ ਸਾਨੂੰ ਲੱਭਦੀ ਏ ਹੁਣ ਗੱਲ ਕੇ ਤੂੰ ਗੱਲ ਕੇ ਸਰਚਾ ਮਾਰ ਮਾਰ ਕੇ ਸਾਨੂੰ ਲੱਭਦੀ ਕਰਦਾ ਨਹੀਂ ਤੂੰ ਕਰਦੀ ਤੇ ਕਰੀ ਜਾਏ ਤੈਨੂੰ ਚੇਤੇ ਕਰਦਾ ਨਹੀਂ।